ਅੱਜ ਅਸੀਂ ਆਏ ਹਾਂ ਜੀ ਛਿੰਗੀ ਪਾਰਕ। ਇਹ ਤੁਸੀਂ ਦੇਖ ਰਹੇ ਹੋਗੇ ਛਿੰਗੀ ਪਾਰਕ ਦਾ ਮੈਪ, ਨਜ਼ਦੀਕ MTR ਦਾ ਸਟੇਸ਼ਨ ਵੀ, ਬੱਸ ਸਟੋਪ ਵੀ ਹੈਗਾ। ਹੋਗੇ ਆਪਣਾ ਛਿੰਗੀ ਪਾਰਕ, ਆਓ ਅਤੇ ਤੁਹਾਨੂੰ ਅੱਗੇ ਚੀਜ਼ ਦਿਖਾਉਂਦੇ ਹਾਂ, ਹੋਰ ਵੀ ਤੁਹਾਨੂੰ ਵਿਊ ਦਿਖਾਉਂਦੇ ਹਾਂ, ਬਹੁਤ ਸੋਹਣੇ ਸੋਹਣੇ ਵਿਊ ਨੇ। ਇਹ ਦੇਖੋ ਇੱਥੇ ਵੀ ਬਹੁਤ ਹੀ ਫੁੱਲਾਂ ਦੀਆਂ ਪ੍ਰਜਾਤੀਆਂ ਵੀ ਬਹੁਤ ਨੇ ਇੱਥੇ। ਦੇਖੋ ਇਹ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਛੋਟਾ ਜਿਹਾ ਉਹਨਾਂ ਨੇ ਝਰਨਾ ਟੈਪ ਬਣਾਇਆ ਹੋਇਆ, ਜਿਹਦੇ ਵਿੱਚ ਪਾਣੀ ਦੇ ਵਿੱਚ ਕੱਛੂ ਹੈਗੇ ਨੇ, ਬਹੁਤ ਛੋਟੇ ਛੋਟੇ ਕੱਛੂ ਹੈਗੇ ਨੇ। ਅਤੇ ਇਹ ਵੀ ਬਹੁਤ ਵੱਡਾ ਪਾਰਕ ਹੈ। ਆਓ ਤੁਹਾਨੂੰ ਅੱਗੇ ਹੋਰ ਚੀਜ਼ਾਂ ਵੀ ਦਿਖਾਉਂਦੇ ਹਾਂ। ਇਹ ਤੁਸੀਂ ਦੇਖ ਰਹੇ ਹੋਗੇ ਕੱਛੂਏ ਦੇ ਨਾਲ ਫਿਸ਼ ਬਹੁਤ ਸਾਰੀਆਂ ਹੈਗੀਆਂ ਨੇ ਕੱਛੂਏ, ਅਤੇ ਬਹੁਤ ਸਾਰੇ ਦੇਖੋ ਤੁਸੀਂ ਦੇਖ ਰਹੇ ਹੋਗੇ। ਇਹ ਤੁਸੀਂ ਦੇਖ ਰਹੇ ਹੋਗੇ, ਇਹ ਦੇਖੋ ਫਿਸ਼ ਦੇ ਨਾਲ ਕਛੂਏ, ਬਿਲਕੁਲ ਛੋਟੇ ਛੋਟੇ ਬੱਚੇ ਹੈ, ਉਸ ਤੋਂ ਵੱਡੇ ਵੀ ਹੈਗੇ ਨੇ, ਪਰ ਮੀਡੀਅਮ ਸਾਈਜ਼ ਦੇ ਕਛੂਏ ਹੈਗੇ ਨੇ, ਬਹੁਤ ਹੀ ਹੈਗੇ ਨੇ। ਲੋਕ ਇੱਥੇ ਆਉਂਦੇ ਨੇ ਅਤੇ ਆਨੰਦ ਕਰਦੇ ਨੇ, ਆਨੰਦ ਮਾਣਦੇ ਨੇ ਆਪਣੇ ਬੱਚਿਆਂ ਨਾਲ, ਆਪਣੇ ਫੈਮਿਲੀ ਮੈਂਬਰ ਨਾਲ। ਤੁਸੀਂ ਇੱਥੇ ਆਓ, ਵਿਜ਼ਿਟ ਕਰੋ, ਅਤੇ ਬਹੁਤ ਸੋਹਣਾ ਗਾਰਡਨ ਹੈ। ਇਹ ਦੇਖੋ ਕਿੰਨਾ ਸੋਹਣਾ ਵਿਊ ਹੈ। ਇਹ ਦੇਖੋ ਤੁਹਾਨੂੰ ਅੱਗੇ ਵੀ ਹੋਰ ਵੀ ਚੀਜ਼ ਤੁਹਾਨੂੰ ਮੈਂ ਦਿਖਾਉਂਦਾ। ਦੇਖੋ ਇਹ ਤੁਸੀਂ ਦੇਖ ਰਹੇ ਹੋਗੇ ਜਿਵੇਂ ਪੁਰਾਣੇ ਸਟਾਈਲ ਦੇ ਵਿੱਚ, ਜਿਵੇਂ ਗੋਰਿਆਂ ਦੇ ਟਾਈਮ ਦੇ ਵਿੱਚ ਅਤੇ ਪੁਰਾਣੇ ਸਟਾਈਲ ਦੇ ਵਿੱਚ। ਇਹ ਦੇਖੋ ਬਹੁਤ ਸੋਹਣਾ ਦ੍ਰਿਸ਼ ਹੈ। ਦੇਖੋ ਬਿਲਕੁਲ ਸੈਂਟਰ ਦੇ ਵਿੱਚ ਗਾਹ ਉਗਾਈ ਹੋਈ ਹੈ। ਜਿਉਂ ਜਿਉਂ ਅਸੀਂ ਹੁਣ ਅੱਗੇ ਤੁਰ ਰਹੇ ਹਾਂ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਉਂਦੇ ਹਾਂ। ਠੀਕ ਹੈ, ਤੁਸੀਂ ਸਾਹਮਣੇ ਦੇਖੋਗੇ, ਬਿਲਕੁਲ ਸਾਹਮਣੇ ਇਹ ਵੀ ਤੁਸੀਂ ਦੇਖੋ ਘਾਹ ਦੇ ਉੱਪਰ ਕੀ ਕਲਾਕ੍ਰਿਤੀ ਕੀਤੀ ਹੋਈ ਹੈ, ਕਿਸ ਤਰ੍ਹਾਂ ਮਤਲਬ ਜਿਹੜੇ ਮਾਲੀ ਹੁੰਦੇ ਨੇ ਆਪਣੇ ਕੰਟਰੀ ਦੇ ਵਿੱਚ। ਤੁਸੀਂ ਦੇਖੋ ਬਹੁਤ ਸੋਹਣੀ ਇਹਨਾਂ ਨੇ ਕਿਆਰੀ ਬਣਾਈ ਹੋਈ ਹੈ। ਹੁਣ ਇੱਕ ਇਹ ਚੀਜ਼ ਤੁਹਾਨੂੰ ਉੱਪਰ ਦਿਖਾਉਂਦੇ ਜਾ ਰਹੇ ਹਾਂ, ਸਟੈਪ ਆਏ ਨੇ, ਚੱਲਦੇ ਜਾ ਰਹੇ ਹਾਂ ਹੌਲੀ ਹੌਲੀ। ਨਾਲੇ ਬਹੁਤ ਵੱਡਾ ਪਾਰਕ ਹੈਗਾ ਇਹ, ਮਤਲਬ ਜੇ ਸ਼ਾਮ ਦੇ ਟਾਈਮ ਤੁਸੀਂ ਆਓ ਅਤੇ ਹਵਾ ਦਾ ਆਨੰਦ ਅਤੇ ਸ਼ੁੱਧ ਆਕਸੀਜਨ, ਕਿਉਂਕਿ ਗਰਮੀ ਦਾ ਟਾਈਮ ਹੈ ਇਸ ਟਾਈਮ, ਮਤਲਬ ਦੁਪਹਿਰ ਨੂੰ ਤਾਂ ਬਹੁਤ ਗਰਮੀ ਹੁੰਦੀ ਹੈ, 34-35 ਡਿਗਰੀ ਹੁੰਦਾ। ਅਤੇ ਹੁਣ ਮੌਸਮ ਬਿਲਕੁਲ ਸੈੱਟ ਹੈ, ਥੋੜ੍ਹੀ ਜਿਹੀ ਹਵਾ ਹੂਵਾ ਚੱਲ ਰਹੀ ਹੈ। ਇਹ ਦੇਖੋ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਹਾਂ, ਬਿਲਕੁਲ ਟੋਪ ਦੇ ਉੱਪਰ ਇਹਨਾਂ ਨੇ ਬਣਾਇਆ ਹੋਇਆ, ਇਹ ਤੁਹਾਨੂੰ ਦਿਖਾਉਂਦੇ ਹਾਂ। ਬੈਠਣ ਲਈ ਵੀ ਇੱਥੇ ਜਗ੍ਹਾ ਬਣੀ ਹੋਈ ਹੈ, ਇਹ ਦੇਖੋ ਬੈਠਣ ਲਈ ਇੱਥੇ ਜਗ੍ਹਾ ਬਣੀ ਹੋਈ ਹੈ। ਤੁਹਾਨੂੰ ਇੱਥੋਂ ਦੀ ਖਲੋ ਕੇ, ਤੁਹਾਨੂੰ ਇੱਥੋਂ ਦੀ ਖੜ੍ਹ ਕੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਚਾਹੁੰਦਾ, ਮਤਲਬ ਉੱਪਰੋਂ ਦੀ ਇਹ ਵਿਊ ਬਣ ਰਿਹਾ। ਇਹ ਦੇਖੋ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ, ਇਹ ਤੁਸੀਂ ਦੇਖ ਰਹੇ ਹੋਗੇ ਲੋਕ ਚੱਲਦੇ। ਇਹ ਦੇਖੋ ਜਿਵੇਂ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਏ ਸੀ ਕਮਲ ਦੇ ਫੁੱਲ, ਉਹ ਤੁਸੀਂ ਦੇਖ ਰਹੇ ਹੋਗੇ ਬਿਲਕੁਲ ਸਾਹਮਣੇ ਕਮਲ ਦੇ ਫੁੱਲ। ਬਾਕੀ ਬਹੁਤ ਵੱਡਾ ਗਾਰਡਨ ਹੈ, ਅੱਗੇ ਵੀ ਤੁਹਾਨੂੰ ਚੱਲਦੇ ਹਾਂ ਆਪਾਂ, ਅੱਗੇ ਦਿਖਾਉਂਦੇ ਹਾਂ ਤੁਹਾਨੂੰ। ਇਹ ਦੇਖੋ ਜੀ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣ ਲੱਗੇ ਹਾਂ, ਇਹ ਬਿਲਕੁਲ ਤੁਸੀਂ ਸਾਹਮਣੇ ਦੇਖ ਰਹੇ ਹੋਗੇ, ਉਹ ਟੋਪ ਦੇ ਉੱਪਰ ਅਸੀਂ ਖੜ੍ਹੇ ਸੀਗੇ ਅਤੇ ਉੱਥੋਂ ਤੁਹਾਨੂੰ ਵਿਊ ਦਿਖਾ ਰਹੇ ਸੀਗੇ। ਇਹ ਦੇਖੋ ਮਤਲਬ ਹਰੇਕ ਪ੍ਰਜਾਤੀ ਦੇ ਅਤੇ ਫੁੱਲ ਵਗੈਰਾ, ਪੇੜ ਪੌਦੇ ਸਾਰਾ ਕੁਝ ਲਗਾਇਆ ਹੋਇਆ ਇਹਨਾਂ ਨੇ। ਅਤੇ ਬਾਕੀ ਜਿਹੜਾ ਮੈਂ ਤੁਹਾਨੂੰ ਕਮਲ ਦੇ ਫੁੱਲ ਦੀ ਗੱਲ ਕਰਦਾ ਸੀਗਾ, ਇਹ ਦੇਖੋ ਤੁਸੀਂ ਵਿੱਚ ਦੇਖ ਰਹੇ ਹੋਗੇ ਸਾਰੇ ਕਮਲ ਦੇ ਫੁੱਲ ਹੈਗੇ ਨੇ। ਬਾਕੀ ਜਿਉਂ ਜਿਉਂ ਆਪਾਂ ਅੱਗੇ ਜਾਣਾ, ਮਤਲਬ ਕੁਝ ਦੂਰੀ 'ਤੇ ਬੈਠਣ ਦੀਆਂ ਇਹਨਾਂ ਨੇ ਮਤਲਬ ਟੇਬਲ ਟਾਈਪ ਬਣਾਏ ਹੋਏ ਨੇ, ਅਤੇ ਜਿਉਂ ਜਿਉਂ ਆਪਾਂ ਅੱਗੇ ਚੱਲੀਏ ਅਤੇ ਉਵੇਂ ਉਵੇਂ ਖੂਬਸੂਰਤੀ ਸਾਹਮਣੇ ਆਈ ਜਾਂਦੀ ਹੈ। ਇਹ ਤੁਸੀਂ ਦੇਖ ਰਹੇ ਹੋਗੇ, ਤੁਹਾਨੂੰ ਅੱਗੇ ਵੀ ਹੋਰ ਬੜੀਆਂ ਚੀਜ਼ਾਂ ਹੈਗੀਆਂ ਨੇ ਜਿਹੜੇ ਦਿਖਾਉਣ ਲਾਇਕ ਹੈਗੀਆਂ ਨੇ। ਹੁਣ ਤੁਸੀਂ ਇੱਕ ਇਹ ਚੀਜ਼ ਦੇਖ ਰਹੇ ਹੋਗੇ, ਇਹ ਦੇਖੋ ਕਿੰਨੀ ਸੋਹਣੀ ਕਲਾਕ੍ਰਿਤੀ ਇਹਨਾਂ ਨੇ ਕੀਤੀ ਹੋਈ ਹੈ, ਮਤਲਬ ਪੱਥਰਾਂ ਦੇ ਨਾਲ ਲਾ ਲਓ, ਜਿਵੇਂ ਹੁਣ ਇਹ ਚੀਜ਼ ਲਗਾ ਲਓ ਤੁਸੀਂ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਹੋਗੇ ਇੱਕ ਛੋਟਾ ਬੱਚਾ ਫਿਸ਼ ਦੇ ਨਾਲ, ਤੁਹਾਨੂੰ ਸਾਹਮਣੇ ਦੇਖ ਰਹੇ ਹੋਗੇ।
एक तुहानू होर नज़दीक तो तुहानू एक छोटा जिहा झरना दिखाना, बहुत सोहना व्यू है उहदा भी। यह देखो तुहानू झरने का व्यू दिखा रहा, बहुत सोहना झरना है। हुण तुसीं उह बिल्कुल सामने तुसीं देख रहे होगे, आवाज़ भी तुहानू आ रही होएगी झरने की। यह सारे कमल के फुल हैगे ने, इस नाल बच्चों नाल इत्थे विजिट कर सकते हो। बैठण की हरेक मतलब 100 मीटर की 100 मीटर बाद तुहानू बैठण की जगह मिल जाएगी। यह देखो कितना सोहना व्यू हैगा, इस सामने देख रहे होगे झरना। यह तुसी देख रहे होगे बिल्कुल सामने, यह तुसी दो पीस देख रहे होगे, ये पत्थर दे बने हुए ने ते ये लगते रियल ने। दो बत्तकां दे जोड़े ते उन्होंने बच्चे, मतलब सोहना बहुत सोहना व्यू बनाया। यह तुसी नीचे देख रहे होगे छोटे छोटे पत्थर लगाए हुए ने। यह देखो यह तुसी देख रहे होगे बिल्कुल कलाकृति की हुई है। देखो तुसी छोटा जिहा बगीचा, तो यह बिल्कुल तुसी सामने देख रहे होगे, मतलब बॉय ते गर्ल की फोटो। यह देखो तुहानू बिल्कुल झरने के बिल्कुल नज़दीक लेके आए हैं अभी। यह देखो बहुत सोहना व्यू है जो तुसी बाहर ये बिल्कुल नाल तुसी नाल दी गल करो, ये बैठने लई जगावां भी बनाई हुई ने। यह देखो कुर्सी वगैरह, जो तुसी अपने बच्चों नाल फैमिली मैंबर नाल किसी नाल आओ तो बिल्कुल तुसी सामने देख रहे हो। रेस्टोरेंट हैगा गुड आइडिया रेस्टोरेंट, जे तुसी बच्चों नाल मतलब तुसी आए हो कोई खाना पीना है तो इत्थे तुहानूं हरेक तरह की चीज़ मिल जाएगी। एक है तुसी देख रहे होगे बिल्कुल एक होर गेट, एक गेट तुसी ये देख रहे होगे, तो मतलब ये पार्क दे ना 5-6 गेट हैगे ने। तो हुण तुसी यह चीज़ देख रहे होगे जे हुण तुसी बच्चों के नाल आए हो इत्थे झूले टैप, मतलब बजुर्ग हो गए बच्चे हो गए हरेक तरह का बंदा इत्थे मतलब कसरत वगैरह कर सकता है। तो बहुत सारे पार्क है होंगकोंग दे विच, ते बहुत सोहने सोहने पार्क है, एक तो एक पार्क हैगा। यह तुसी देख रहे होगे ये हुण जिवें पुराने टाइम दे विच थंब जे लाए होंदे सीगे ते उन्हां दे उत्ते लक्कड़ दा काम कीता होंदा सीगा। यह देखो तो बाकी तुहानूं होर भी व्यू दिखाने आ। हुण एक चीज़ तुसी ये देख रहे होगे, ये झरने के बिल्कुल उपरले पासा जिते तुहानूं पहला मैं झरना दिखा के आया, इहदी बैक साइड ते यह देखो ना बहुत सोहने सोहने चीज़ां इन्होंने लगाई हुई हैं, पेड़ पौधे तुसी लाओगे। देखो बैठण का भी इंतजाम हैगा, वो सामने वॉलीबॉल का तुसी ग्राउंड लगा लो कि बच्चे जे खेलना चाहन तो खेल भी सकते हैं। तो बाकी हुण तुसी ये एक चीज़ देख रहे होगे उपर, देखो तुसी मतलब सोहना बिल्कुल सोहना दृश्य है। यह तुसी देख रहे होगे कि जे तुसी उपर चलते जाओ तो हल्के हल्के इट्टां दे स्टैप बनाए हुए ने इन्होंने, कि मतलब कोई भी तुरे तो गिरे ना, मतलब सुरक्षा का पहला ही इन्होंने इंतजाम किया हुआ। होंगकोंग की जी गवर्नमेंट है ये बंदे तो लै मतलब बंदियां दी तो सुरक्षा करती है, तो पेड़ पौद्यां दी भी बहुत ज़्यादा सुरक्षा करती है। यह असीं हुण हौली हौली उपर चलते जा रहे हैं, मतलब होंगकोंग दे विच बहुत सोहने सोहने पार्क इन्होंने बनाया, मेनटेन किया हुआ हरेक चीज़ नूं इन्होंने, मतलब जिवें आपां कह दिंदे आं सूई तो लैके जहाज़ तक मेनटेनेंस, ये बस वो हरेक चीज़ इन्होंने मेनटेन की हुई है। पार्क ही हो गए, झरने पार्क बीच हरेक चीज़ मेनटेन की हुई है। हुण तुसीं बिल्कुल उपर जाओगे, देखो असी उपर गए हैं तो इट्टां दा जिहड़े पत्थर लगे हुए सीगे तो वो खत्म हो गए ने, कच्चा रस्ता आ गया बिल्कुल सारा कच्चा रस्ता। यह तुसी देख रहे होगे असी होर उपर जाण लगे हैं, मतलब जिहड़ी पहला मैं वीडियो बनाई सी उहदे विच लोगों ने कमेंट किया सीगा कि नवी वीडियो तुसी बनाओ, कि मतलब नवी चीज़ नवी जगह पर तुसी जाओ, कि थोड़े प्रेम प्यार की बदौलत असी मतलब नवी नवी चीज़ां खोजते रहने, नवीं चीज़ नवी जगावां ते असी जांदे रहने हैं, कि तुहानूं साडी वीडियो मतलब पसंद आवे। यह तुसी देख रहे होगे अजे उपर असी चलते जा रहे हैं, छोटा जिहा टापू बनाया हुआ है, मिट्टी का टापू है ये। हुण तुसी यह चीज़ तुहानूं एक होर चीज़ दिखाना, यह तुसी देख रहे होगे ये बिल्कुल हुण देखो एक ढलान आ गई है, हुण असी ढलान के बिल्कुल थले उतरना। हुण तुसी देख रहे होगे असी हौली हौली थले उतरन लगे हैं, मतलब एक पासा चढ़न दा सीगा ते एक पासा उतरन दा सीगा, आराम नाल पकड़ पकड़ के नीचे उतर रहे हैं।
ਇਹ ਤੁਸੀਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣ ਲੱਗੇ ਹਾਂ। ਇਹ ਦੇਖੋ ਜਿਵੇਂ ਹੁਣ ਇਹ ਜਾਲੀ ਟੈਪ ਲਗਾਇਆ ਹੋਇਆ ਇਹਨਾਂ ਨੇ, ਕਿਉਂਕਿ ਪਰਲੇ ਪਾਸੇ ਝਰਨਾ ਸੀਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਝਰਨਾ। ਇਹ ਦੇਖੋ ਹੁਣ ਤੁਸੀਂ ਇੱਥੋਂ ਦੀ ਵਿਊ ਦੇਖੋਗੇ, ਉਹੀ ਚੀਜ਼ ਬਿਲਕੁਲ ਸਾਹਮਣੇ ਆ ਜਾਏਗੀ ਤੁਹਾਡੇ। ਇਹ ਦੇਖੋ ਇਹ ਝਰਨਾ ਬੈਕ ਸਾਈਡ, ਜਿਹੜੀ ਮੈਂ ਤੁਹਾਨੂੰ ਫਰੰਟ ਦਿਖਾਇਆ ਸੀਗਾ ਉੱਥੇ ਤੁਸੀਂ ਦੇਖ ਹੀ ਲਿਆ ਸੀਗਾ ਝਰਨੇ ਦਾ ਫਰੰਟ। ਅਤੇ ਆਓ ਤੁਹਾਨੂੰ ਇੱਕ ਹੋਰ ਚੀਜ਼ ਅੱਗੇ ਦਿਖਾਉਂਦੇ ਹਾਂ। ਹੁਣ ਅਸੀਂ ਪੱਥਰ ਦੇ ਰਾਹ ਦੇ ਵਿੱਚ ਹਾਂ, ਮਤਲਬ ਜਿਵੇਂ ਫੁੱਟਪਾਥ ਲਗਾ ਲਓ, ਅਤੇ ਤੁਸੀਂ ਇਹ ਵੀ ਟਾਪੂ ਦੇ ਉੱਪਰ ਹੀ ਬਣਾਏ ਹੋਏ ਨੇ। ਹੁਣ ਸਾਹਮਣੇ ਤੁਸੀਂ ਲਾਈਟ ਦੇਖਦੇ ਪਏ ਹੋਗੇ, ਮਤਲਬ ਜਿਉਂ ਜਿਉਂ ਹੁਣ ਹਨੇਰਾ ਹੋਣ ਲੱਗੇਗਾ, 7 ਵਜੇ ਦਾ ਟਾਈਮ ਹੋਣ ਲੱਗੇਗਾ, 7:45 ਮੇਰੇ ਹਿਸਾਬ ਨਾਲ ਹੋ ਗਏ ਨੇ। ਅਤੇ ਦੇਖੋ ਬੈਠਣ ਦਾ ਵੀ ਹੈਗਾ ਇੱਥੇ ਸਿਸਟਮ ਜਿਹਾ, ਤੁਸੀਂ ਬਹਿ ਕੇ ਆਨੰਦ ਲੈ ਸਕਦੇ ਹੋ। ਠੰਡੀ, ਬਿਲਕੁਲ ਠੰਡੀ ਹਵਾ ਚੱਲਦੀ ਹੈ ਇੱਥੇ, ਅਤੇ ਦੁਪਹਿਰ ਵੇਲੇ ਤਾਂ ਬਹੁਤ ਗਰਮੀ ਹੁੰਦੀ ਹੈ। ਇੱਥੇ ਜਗ੍ਹਾ ਜਗ੍ਹਾ 'ਤੇ ਇਹਨਾਂ ਨੇ ਡਸਟਬੀਨ ਵਗੈਰਾ ਲਗਾਏ ਹੋਏ ਨੇ, ਜਿਵੇਂ ਕੋਈ ਵੀ ਚੀਜ਼ ਤੁਸੀਂ ਖਾ ਕੇ ਪੀ ਕੇ ਮਤਲਬ ਸਿੱਟਣਾ ਚਾਹੋ ਤਾਂ ਹਰੇਕ ਜਗ੍ਹਾ 'ਤੇ ਡਸਟਬੀਨ ਵਗੈਰਾ ਲਗਾਏ ਹੋਏ ਨੇ। ਇਹ ਤੁਹਾਨੂੰ ਅੱਗੇ ਆਓ ਤਾਂ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਉਂਦੇ ਹਾਂ, ਮਤਲਬ ਪੌੜੀਆਂ ਦੇ ਸਟੈਪ ਬਣੇ ਹੋਏ ਨੇ। ਇਹ ਬਿਲਕੁਲ ਥੱਲੇ ਜਾਣ ਲੱਗੇ ਹਾਂ, ਇਹ ਤੁਸੀਂ ਦੇਖ ਰਹੇ ਹੋਗੇ ਸਾਹਮਣੇ ਇੱਕ ਹੋਰ ਵਿਊ ਹੈਗਾ, ਮਤਲਬ ਬਿਲਕੁਲ ਸ਼ਾਂਤੀ ਹੈ ਇੱਥੇ, ਕੋਈ ਡਿਸਟਰਬਿੰਗ ਨਹੀਂ ਹੈਗੀ ਹੈ। ਹਾਂਜੀ ਇਹ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਛੋਟਾ ਜਿਹਾ ਵਿਊ, ਇਹ ਬੈਕ ਸਾਈਡ ਹੈਗੀ ਹੈ, ਫਰੰਟ ਦੇ ਵਿੱਚ ਮੈਂ ਤੁਹਾਨੂੰ ਇਹਦਾ ਫਰੰਟ ਦਿਖਾਇਆ ਸੀਗਾ, ਇਹ ਬੈਕ ਸਾਈਡ ਹੈਗੀ ਹੈ। ਅਤੇ ਬਿਲਕੁਲ ਹੀ ਅਸੀਂ ਹੁਣ ਤੁਰਦੇ ਜਾਵਾਂਗੇ, ਅਤੇ ਜਿਹੜੇ ਰਾਹ ਤੋਂ ਅਸੀਂ ਸਟਾਰਟ ਕੀਤਾ ਸੀਗਾ ਉਹੀ ਰਾਹ ਅਸੀਂ ਵਾਪਸ ਮੁੜ ਕੇ ਆ ਗਏ ਹਾਂ। ਅਤੇ ਤੁਹਾਨੂੰ ਹੋਰ ਵੀ ਇਹ ਦੇਖੋ ਪੰਛੀਆਂ ਦੀਆਂ ਆਵਾਜ਼ਾਂ ਆ ਰਹੀਆਂ ਹੋਣੀਆਂ, ਇਹ ਦੇਖੋ ਪੰਛੀਆਂ ਦੀਆਂ ਆਵਾਜ਼ਾਂ ਆ ਰਹੀਆਂ ਹੋਣੀਆਂ। ਅਤੇ ਮਤਲਬ ਸ਼ਾਮ ਦਾ ਟਾਈਮ ਹੋ ਗਿਆ, 7:45 ਦਾ। ਹੋਰ ਚੀਜ਼ ਦਿਖਾਉਂਦੇ ਹਾਂ, ਇਹ ਤੁਸੀਂ ਸਾਹਮਣੇ ਦੇਖ ਰਹੇ ਹੋਗੇ MTR ਹੈਗਾ, MTR ਸਟੇਸ਼ਨ। ਅਤੇ ਇਹ ਦੇਖੋ ਤੁਸੀਂ, ਤੁਹਾਨੂੰ ਇੱਕ ਹੋਰ ਚੀਜ਼ ਲੈ ਕੇ ਚੱਲੇ ਹਾਂ, ਇਹ ਦੇਖੋ ਲੁੱਕ ਆਊਟ ਪਵੀਲੀਅਨ ਪਿਕਨਿਕ ਏਰੀਆ, ਇਹ ਤੁਹਾਨੂੰ ਉੱਪਰ ਲੈ ਕੇ ਚੱਲੇ ਹਾਂ। ਮਤਲਬ ਇਹਦੇ ਸਟੈਪ ਹੈਗੇ ਨੇ, ਬਹੁਤ ਸਾਰੇ ਸਟੈਪ ਹੈਗੇ ਨੇ, ਅਤੇ ਚੜ੍ਹਨੇ ਪੈਣੇ ਨੇ। ਇਹ ਤੁਸੀਂ ਦੇਖ ਰਹੇ ਹੋਗੇ ਅਸੀਂ ਉੱਪਰ ਜਾ ਰਹੇ ਹਾਂ, ਸਲੋਲੀ ਸਲੋਲੀ ਮਤਲਬ ਹੌਲੀ ਹੌਲੀ ਅਸੀਂ ਉੱਪਰ ਜਾਣ ਲੱਗੇ ਹਾਂ। ਇਹ ਤੁਸੀਂ ਦੇਖ ਰਹੇ ਹੋਗੇ ਬਿਲਕੁਲ ਨਾਲ ਹੀ ਇੱਕ ਲੱਕੜ ਦੇ ਬੈਂਚ ਵਗੈਰਾ ਲਗਾਏ ਹੋਏ ਨੇ, ਜਿਵੇਂ ਸਕੂਲ ਦੇ ਵਿੱਚ ਬੈਂਚ ਲੱਗੇ ਹੁੰਦੇ ਸੀਗੇ ਨਾ, ਅਤੇ ਉੱਦਾਂ ਦੇ ਬੈਠਣ ਲਾਇਕ ਇਹਨਾਂ ਨੇ ਬਣਾਇਆ ਹੋਇਆ ਸਿਸਟਮ ਜਿਹਾ। ਅਤੇ ਤੁਸੀਂ ਆ ਕੇ ਮਤਲਬ ਬੱਚਿਆਂ ਨਾਲ, ਫੈਮਿਲੀ ਮੈਂਬਰ ਨਾਲ ਤੁਸੀਂ ਆ ਕੇ ਬਹਿ ਕੇ ਖਾ ਪੀ ਸਕਦੇ ਹੋ। ਬਾਕੀ ਅਸੀਂ ਹੁਣ ਹੌਲੀ ਹੌਲੀ ਉੱਤੇ ਚੱਲਦੇ ਜਾ ਰਹੇ ਹਾਂ। ਇਹ ਦੇਖੋ ਅਸੀਂ ਹੁਣ ਉੱਪਰ ਚੜ੍ਹ ਆਏ ਹਾਂ, ਮਤਲਬ 200 ਪੌੜੀ ਪੌੜੀ ਹੋਏਗੀ ਉੱਤੇ, 150-200 ਪੌੜੀ। ਅਤੇ ਇੱਥੇ ਬੈਠਣ ਲਾਇਕ ਬਹੁਤ ਬੈਂਚ ਵਗੈਰਾ ਲਗਾਏ ਹੋਏ ਨੇ, ਵਾਈਫਾਈ। ਬਾਕੀ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਹਾਂ, ਦੇਖੋ ਬਿਲਕੁਲ ਸਾਹਮਣੇ ਅਸੀਂ ਤੁਰਦੇ ਜਾ ਰਹੇ ਹਾਂ, ਅਤੇ ਤੁਹਾਨੂੰ ਬਿਲਕੁਲ ਅੱਗੇ ਜਾ ਕੇ ਤੁਹਾਨੂੰ ਇੱਕ ਵਿਊ ਦਿਖਾਵਾਂਗੇ, ਬਹੁਤ ਸੋਹਣਾ ਵਿਊ। ਇਹ ਤੁਸੀਂ ਦੇਖਦੇ ਹੋਗੇ ਇਹ ਵੀ ਇੱਕ ਟਾਪੂ ਬਣਿਆ ਹੋਇਆ, ਪਹਾੜ ਟਾਈਪ ਲਗਾ ਲਓ। ਅਸੀਂ ਉੱਪਰ ਚੜ੍ਹ ਕੇ ਆਏ ਹਾਂ 150-200 ਪੌੜੀ। ਇਹ ਤੁਸੀਂ ਦੇਖ ਰਹੇ ਹੋਗੇ ਹੁਣ ਕਿੰਨਾ ਸੋਹਣਾ ਹੈ, ਦੇਖੋ ਪੇੜ ਦੀ ਕਟਿੰਗ ਕੀਤੀ ਹੋਈ ਹੈ, ਬਹੁਤ ਸੋਹਣਾ ਪੇੜ ਬਣਾਇਆ ਹੋਇਆ ਦੇਖੋ। ਅਤੇ ਹੁਣ ਬਿਲਕੁਲ ਤੁਹਾਨੂੰ ਇਹ ਦੇਖੋ ਐਂਡ ਦੇ ਵਿੱਚ ਇਹਨਾਂ ਨੇ ਬਣਾਇਆ ਹੋਇਆ, ਹੁਣ ਤੁਹਾਨੂੰ ਇੱਕ ਇੱਥੋਂ ਦੀ ਵਿਊ ਦਿਖਾਉਣ ਲੱਗੇ ਹਾਂ। ਇਹ ਤੁਸੀਂ ਦੇਖ ਰਹੇ ਹੋਗੇ ਜਿਹੜਾ ਮੈਂ ਤੁਹਾਨੂੰ ਪਵੀਲੀਅਨ ਏਰੀਆ ਦੇ ਉੱਪਰ ਲੈ ਕੇ ਆਇਆ ਹੋਇਆ, ਇੱਕ ਟਾਪੂ ਦੇ ਉੱਪਰ, ਮਤਲਬ ਛੋਟਾ ਜਿਹਾ ਟਾਪੂ ਹੈ। ਇਹ ਤੁਸੀਂ ਇਹ ਦੇਖੋ ਸਾਰਾ ਇਹ ਪਵੀਲੀਅਨ ਬਣਿਆ ਹੋਇਆ ਹੈ, ਇਹਦੇ ਬਿਲਕੁਲ ਥੱਲੇ ਤੁਹਾਨੂੰ ਸਾਰਾ ਛਿੰਗੀ ਪਾਰਕ ਨਜ਼ਰ ਆਉਣਾ। ਇਹ ਤੁਸੀਂ ਦੇਖ ਰਹੇ ਹੋਗੇ ਦ੍ਰਿਸ਼, ਇਹਦੀ ਬੈਕ ਸਾਈਡ ਵੀ ਸਾਰਾ ਛਿੰਗੀ ਪਾਰਕ ਹੈ, ਇਹ ਫਰੰਟ ਦੇ ਵਿੱਚ ਵੀ ਸਾਰਾ ਛਿੰਗੀ ਪਾਰਕ ਹੈ। ਇਹ ਦੇਖੋ ਇਹ ਸਾਰਾ ਪਵੀਲੀਅਨ ਟਾਈਪ ਬਣਾਇਆ ਹੋਇਆ ਇਹਨਾਂ ਨੇ, ਇਹ ਬਿਲਕੁਲ ਪੱਕਾ ਜਿਵੇਂ ਘਰ ਬਣਦੇ ਨੇ ਉਸ ਤਰੀਕੇ ਨਾਲ ਇਹਨਾਂ ਨੇ ਪੱਕਾ ਹੀ ਸਿਸਟਮ ਬਣਾਇਆ ਹੋਇਆ। ਅਤੇ ਅਸੀਂ ਹੁਣ ਫਿਰ ਦੁਬਾਰਾ ਵਾਪਸ ਨੂੰ ਜਾਣ ਲੱਗੇ ਹਾਂ। ਤੁਹਾਨੂੰ ਇਹ ਛੱਚ ਦੀ ਰੰਗ ਦੀ ਟੀਮ ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕੁਮ। ਅੱਜ ਅਸੀਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨਾ ਚਾਹੁੰਦੇ ਹਾਂ ਕਿ ਬਹੁਤ ਸਾਰੇ ਲੋਕ ਹੈਗੇ ਨੇ, ਬਹੁਤ ਸਾਰੇ ਫੈਮਿਲੀ ਮੈਂਬਰ ਹੈਗੇ ਨੇ ਕਿ ਜਿਹੜੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ। ਅਸੀਂ ਉਹਨਾਂ ਅੱਗੇ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਤੇ ਅਸੀਂ ਦੇਖੋ ਤੁਹਾਡੇ ਲਈ ਮਤਲਬ ਬਹੁਤ ਮਿਹਨਤ ਕਰਦੇ ਹਾਂ, ਮਤਲਬ ਤੁਸੀਂ ਹਰੇਕ ਚੀਜ਼ ਦੇਖ ਸਕੋ, ਅਤੇ ਸੋਹਣੇ ਸੋਹਣੇ ਅਸੀਂ ਵਿਊ ਮਤਲਬ ਬਣਾਉਂਦੇ ਹਾਂ, ਮਿਹਨਤ ਕਰਦੇ ਹਾਂ। ਹੁਣ ਅੱਜ ਵੀ ਦੇਖੋ ਇੰਨੀ ਗਰਮੀ ਹੈਗੀ ਹੈ, ਅਤੇ ਗਰਮੀ ਦੇ ਵਿੱਚ ਅਸੀਂ ਸਾਡੀ ਟੀਮ ਨਿਕਲੀ ਹੋਈ ਹੈ ਆਪਣੇ ਕੰਮ 'ਤੇ, ਵੀ ਬਸ ਤੁਹਾਡੀਆਂ ਦੁਆਵਾਂ ਚਾਹੀਦੀਆਂ ਕਿ ਮਤਲਬ ਸਕਸੈਸਫੁੱਲ ਹੋਣ ਲਈ ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ ਸਾਨੂੰ। ਅਤੇ ਤੁਸੀਂ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਥੈਂਕ ਯੂ ਵੈਰੀ ਮੱਚ।